ਪੇਸ਼ ਹੈ ਪੰਜਾਬੀ ਦੇ ਮਾਣ ਮੱਤੇ ਕਹਾਣੀਕਾਰ ਸਰਦਾਰ ਕਰਤਾਰ ਸਿੰਘ ਦੁੱਗਲ ਹੁਰਾਂ ਦੀ ਕਹਾਣੀ 베ਜੀ ਵੱਡੇ ਇਹ ਕਹਾਣੀ ਸਨ 1952 ਵਿੱਚ ਛਪੀ ਉਹਨਾਂ ਦੀ ਪੁਸਤਕ ਲੜਾਈ ਨਹੀਂ ਵਿੱਚੋਂ ਹੈ ਸਾਡੇ ਘਰ ਵਿੱਚ ਅਸੀਂ ਆਪਣੀ ਮਾਂ ਨੂੰ 베ਜੀ ਕਹਿੰਦੇ ਹਾਂ ਦਾਦੀ ਨੂੰ 베ਜੀ ਤੇ ਪਰਦਾਦੀ ਨੂੰ 베ਜੀ ਵੱਡੇ 베ਜੀ ਵੱਡੇ ਸਾਡੇ ਬੜੀ ਸ਼ਾਂਤ ਅਡੋਲ ਗੰਭੀਰ ਤਬੀਅਤ ਦੇ ਹਮੇਸ਼ ਤੋਂ ਸੁਣੇ ਹਨ ਆਪਣੀ ਜਵਾਨੀ ਵਿੱਚ ਵੀ ਕਦੀ ਉਹ ਕੋਈ ਵਾਦੂ ਗੱਲ ਨਹੀਂ ਸੰਕਰਦੇ ਹੁੰਦੇ ਤੇ ਜਿਉਂ-ਜਿਉਂ ਉਹਨਾਂ ਦੀ ਜ਼ਿੰਦਗੀ ਦੀ ਸ਼ਾਮ ਹੁੰਦੀ ਗਈ ਇੱਕ ਕਲੀ ਵਾਂਗ ਜਿਵੇਂ ਉਹ ਆਪਣੇ ਆਪ ਨੂੰ ਸਾੰਬ ਦੇ ਸਲੀਟ ਦੇ ਮੁੰਦ ਦੇ ਬੰਦ ਹੁੰਦੇ ਗਏ ਹਰ ਵੇਲੇ ਭਜਨ ਪਾਠ ਵਿੱਚ ਲੱਗੇ ਰਹਿੰਦੇ ਜਾਂ ਨਿੱਕੇ-ਨਿੱਕੇ ਘਰ ਦੇ ਕੰਮ ਆਪ ਮੁਹਾਰੇ ਕਰਦੇ ਰਹਿੰਦੇ ਨਿੱਕੇ-ਨਿੱਕੇ ਕੰਮ ਜੋ ਨਾ ਨੌਕਰਾਂ ਦੇ ਧਿਆਨ ਵਿੱਚ ਆਂਦੇ ਨਾ ਹੋਰ ਘਰ ਵਾਲੇ ਕਿਸੇ ਦਾ ਜਿੰਨਾ ਵੱਲ ਖਿਆਲ ਜਾਂਦਾ ਇਹ ਗੱਲ ਬੜੀ ਚਿਰਦੀ ਹੈ ਸਾਡੇ 베ਜੀ ਵੱਡੇ ਉਦੋਂ ਕੇਵਲ 베ਜੀ ਹੀ ਸਨ ਮੈਂ ਤੇ ਮੇਰੇ ਹੋਰ ਭੈਣ ਭਰਾ ਅਜੇ ਅਸੀਂ ਜਨਮੇ ਨਹੀਂ ਸਾਂ ਅਚਾਨਕ 3-4 ਦਿਨ ਬਿਮਾਰ ਰਹਿ ਕੇ ਉਹਨਾਂ ਦੀ ਸਭ ਤੋਂ ਛੋਟੀ ਸਭ ਤੋਂ ਸੋਹਣੀ ਸਭ ਤੋਂ ਸੁਖੀ ਧੀ ਦਾ ਖਾਵਨ ਮਰ ਗਿਆ ਸਾਰੇ ਟੱਬਰ ਬਰਾਦਰੀ ਸ਼ਰੀਕੇ ਵਿੱਚ ਹਾਹਾਕਾਰ ਮਚ ਗਈ। ਜਵਾਨ ਜਹਾਨ ਇਸ ਮੌਤ ਤੇ ਘਰ ਵਾਲਿਆਂ ਨੇ ਪਿੱਟ ਪਿੱਟ ਕੇ ਟੋਟੇ ਲਾ ਸੁੱਟੇ। ਜੋ ਕੋਈ ਵੀ ਉਹਨਾਂ ਦੀ ਵਿਧਵਾ ਹੋ ਗਈ ਧੀ ਦੀ ਕਹਿਰਾਂ ਦੀ ਜਵਾਨੀ ਨੂੰ ਵੇਖਦਾ ਉਹਦੀਆਂ ਅੱਖਾਂ ਵਿੱਚ ਅਥਰੂ ਰੋਕਿਆ ਨਾ ਰੁਕਦੇ। ਅਜੇ ਮਾਂ ਆਪਣਾ ਸੁਹਾਗ ਸੁਖੀ ਲੈ ਕੇ ਬੈਠੀ ਹੋਈ ਸੀ ਕਿ ਧੀ ਵਿਧਵਾ ਹੋ ਗਈ। ਤੇ ਉਹ ਛੁੱਪ-ਛੁਪੀਤੇ ਹੱਕੇ-ਬੱਕੇ ਸਭ ਕੁਝ ਵੇਖਦੇ ਰਹੇ। ਇੱਕ ਅਥਰੂ ਉਹਨਾਂ ਦੀਆਂ ਅੱਖਾਂ ਵਿੱਚ ਨਾ ਆਇਆ। ਸਾਹਮਣੇ ਉਹਨਾਂ ਦੀ ਕੁੱਖੋਂ ਜਾਈ ਦੀਆਂ ਖੁਸ਼ੀਆਂ ਢੇਰੀ ਭੁਈਆਂ ਪਈਆਂ ਸਨ। ਸਾਹਮਣੇ ਉਹਨਾਂ ਦੀ ਧੀ ਦੇ ਨਿੱਕੇ-ਨਿੱਕੇ ਯਤੀਮ ਹੋ ਗਏ ਬੱਚੇ ਬਿਲਕ ਰਹੇ ਸਨ। ਸਾਹਮਣੇ ਕੋਈ ਖੱਫਣ ਦਾ ਪ੍ਰਬੰਧ ਕਰ ਰਹੇ ਸਨ। ਲੋਕੀ ਮਸਾਣਾ ਤੇ ਲੱਕੜੀਆਂ ਪਿਜਵਾਨ ਦੀਆਂ ਗੱਲਾਂ ਕਰ ਰਹੇ ਸਨ ਤੇ ਉਹ ਸ਼ਾਂਤ ਅਡੋਲ ਚੁੱਪਚਾਪੀਤੇ ਬਿਟ-ਬਿਟ ਵੇਖ ਰਹੇ ਸਨ ਕਿਤਨਾ ਚਿਰ ਇੰਜ ਵਿੰਦੇ ਰਹੇ ਵਿੰਦੇ ਰਹੇ ਫਿਰ ਉਹ ਚੁੱਪਚਾਪਾਤੇ ਜਹੇ ਉੱਠੇ ਵੱਡੇ ਆਪਣੇ ਪੁੱਤਰ ਨੂੰ ਬਾਹੋਂ ਫੜ ਬਾਹਰ ਇਕਲ ਵੰਜੇ ਲੈ ਗਏ ਤੇ ਆਹਸਤਾ ਜਹੇ ਉਹਨੂੰ ਕਹਿਣ ਲੱਗੇ ਕਿੱਥੇ ਵੇ ਤੇਰਾ ਉਹ ਫੋਲਣਾ ਉਹਨਾਂ ਦੇ ਪੁੱਤਰ ਨੂੰ ਕੁਝ ਸਮਝ ਨਾ ਆਈ ਕਿੱਥੇ ਵੇ ਤੇਰੀ ਉਹ ਦਨਾਲੀ ਬੰਦੂਕ ਮੇਰੀ ਇਸ ਛਾਤੀ ਵਿੱਚ ਕਿਉਂ ਨਾ ਮਾਰਦਾ ਤੇ ਡੋਰ ਪੂਰ ਫਟੀਆਂ ਫਟੀਆਂ ਅੱਖਾਂ ਨਾਲ ਬਿਟ ਬਿਟ ਆਪਣੇ ਪੁੱਤਰ ਵੱਲ ਉਹ ਵੇਖਦੇ ਰਹੇ ਜਿਵੇਂ ਉਹਦੀ ਮਜਾਲ ਨਹੀਂ ਸੀ ਕਿ ਆਪਣੀ ਮਾਂ ਦਾ ਕਹਿਣਾ ਉਹ ਮੋੜ ਸਕੇ ਪਰ ਇਹ ਗੱਲ ਬੜੇ ਚਿਰਦੀ ਹੈ ਜਦੋਂ ਮੈਂ ਹੋਸ਼ ਸੰਭਾਲੀ ਬੇਜੀ ਵੱਡੇ ਸਾਡੇ ਬਹੁਤ ਬੁੱਢੇ ਹੋ ਗਏ ਸਨ ਸੁਖੜ ਉਹਨਾਂ ਤੋਂ ਖਲੋਤਾ ਨਹੀਂ ਸੀ ਜਾਂਦਾ ਸੋਤੀ ਲੈਕੇ ਟੁਰਦੇ ਉਹਨਾਂ ਦੇ ਪੁੱਤਰ ਸਨ ਪੋਤਰੇ ਸਨ ਪੋਤਰੀਆਂ ਦੇ ਘਰ ਪੁੱਤਰ ਸਨ ਇੱਕ ਵੱਡਾ ਸਾਰਾ ਜਿਵੇਂ ਬਾਗ ਖਿੜਿਆ ਹੋਵੇ ਤੇ ਉਹਨਾਂ ਦੇ ਪਤੀ ਸਾਡੇ ਲਾਲਾ ਜੀ ਵੱਡੇ ਆਪਣੀ ਤ੍ਰਿਮਤ ਦੇ ਮੁਕਾਬਲੇ ਵਿੱਚ ਸੇਤ ਵਿੱਚ ਵੀ ਚੰਗੇ ਸਨ ਉੰਜ ਖਾਣ ਪੀਣ ਬਾਹਰ ਆਉਣ ਜਾਣ ਵਿੱਚ ਵੀ ਉਹਨਾਂ ਦੇ ਕੋਈ ਖਾਸ ਫਰਕ ਨਹੀਂ ਸੀ ਆਇਆ ਬੇਜੀ ਵੱਡੇ ਤੇ ਲਾਲਾ ਜੀ ਵੱਡੇ ਸਾਡੇ ਘਰ ਦੇ ਇਕੱਲ ਵੰਜੇ ਇੱਕ ਕਮਰੇ ਵਿੱਚ ਰਹਿੰਦੇ ਸਨ ਜ਼ਿਆਦਾ ਸ਼ੋਰ ਸ਼ਰਾਬਾ ਉਹਨਾਂ ਨੂੰ ਚੰਗਾ ਨਹੀਂ ਸੀ ਲੱਗਦਾ ਬੱਚਿਆਂ ਦਾ ਮੂੰਹ ਸਾਰੀ ਉਮਰ ਮਾਣ-ਮਾਣ ਕੇ ਜਿਵੇਂ ਉਹਨਾਂ ਦਾ ਮਨ ਤ੍ਰਿਪਤ ਹੋ ਚੁੱਕਾ ਸੀ ਇਕੱਲੇ ਇੱਕ ਦੂਜੇ ਦੇ ਸੰਗ ਵਿੱਚ ਰਹਿ ਕੇ ਹੁਣ ਉਹ ਖੁਸ਼ ਸਨ ਕਦੀ ਬਾਗ ਦੇ ਕਿਸੇ ਇਕਾਂਤ ਕੋਨੇ ਵਿੱਚ ਬੈਂਚ ਤੇ ਬੈਠੇ ਉਹਨਕੀਆਂ-ਨਕੀਆਂ ਗੱਲਾਂ ਕਰ ਰਹੇ ਹੁੰਦੇ ਕਦੀ ਪਤੀ ਪਤਨੀ ਨੂੰ ਛਿੱਲ ਛਿੱਲ ਕੇ ਕੱਟ ਕੱਟ ਕੇ ਫਲ ਖਵਾ ਰਿਆ ਹੁੰਦਾ ਕਦੀ ਪਤਨੀ ਪਤੀ ਕੋਲ ਬੈਠੀ ਆਹਸਤਾ ਆਹਸਤਾ ਗੁਰਬਾਣੀ ਨੂੰ ਗਾ ਗਾ ਸੁਣਾਉਂਦੀ ਰਹਿੰਦੀ ਗਰਮੀਆਂ ਸਰਦੀਆਂ ਸਵੇਰੇ ਉੱਠ ਕੇ ਬੀਜੀ ਵੱਡੇ ਆਪਣੇ ਪਤੀ ਨੂੰ ਆਪਣੇ ਹੱਥੀ ਇਸ਼ਨਾਨ ਕਰਾਉਂਦੇ ਦਹੀਂ ਮਲਾਈਆਂ ਪਾ ਪਾ ਕੇ ਉਹਨਾਂ ਦੇ ਕੇਸ ਧਵਾਉਂਦੇ ਅਜੇ ਤੀਕ ਉਹਨਾਂ ਦੇ ਪਜਾਮੇ ਵਿੱਚ ਨਾਲਾ ਉਹ ਆਪਣੇ ਹੱਥੀ ਪਾਉਂਦੇ ਸਨ ਉਹਨਾਂ ਦੇ ਸਾਫੇ ਨੂੰ ਆਪਣੇ ਹੱਥੀ ਚੁੰਨਦੇ ਸਨ ਉਹਨਾਂ ਦੀ ਜੁੱਤੀ ਨੂੰ ਕੋਈ ਹੋਰ ਸਾਫ਼ ਨਹੀਂ ਸੀ ਕਰ ਸਕਦਾ ਖਾਣਾ ਆਪਣੇ ਸਾਹਮਣੇ ਉਹਨਾਂ ਲਈ ਪਰੋਸ ਕੇ ਲਿਆਉਂਦੇ ਤੇ ਕੋਲ ਬੈਠ ਆਹਸਤਾ ਆਹਸਤਾ ਖਾਂਦੇ ਕਦੀ ਕੋਈ ਕੋਲੀ ਅੱਗੇ ਕਰ ਦਿੰਦੇ ਕਦੀ ਕਿਸੇ ਚੀਜ਼ ਵੱਲ ਉਹਨਾਂ ਦਾ ਧਿਆਨ ਦਵਾਉਂਦੇ ਹਰ ਰੋਜ਼ ਦਹੀਂ ਦੀਆਂ ਤਾਰੀਫਾਂ ਕਰਦੇ ਹਰ ਰੋਜ਼ ਮਾਸ ਨੂੰ ਸੁਣਾਉਂਦੇ ਰਹਿੰਦੇ ਲਾਲਾ ਜੀ ਵੱਡੇ ਐਨਕ ਲਾ ਕੇ ਆਹਸਤਾ ਆਹਸਤਾ ਅਖਬਾਰ ਪੜ੍ਹਦੇ ਤੇ ਫਿਰ ਕਿਤਨਾ ਕਿਤਨਾ ਚਿਰ ਆਪਣੀ ਤ੍ਰੀਮਤ ਨੂੰ ਇੱਕ ਇੱਕ ਖਬਰ ਸੁਣਾਉਂਦੇ ਰਹਿੰਦੇ ਹਰ ਰੋਜ਼ ਸ਼ਾਮੀ 베ਜੀ ਵੱਡੇ ਸਾਈਂ ਲੋਕਾਂ ਦੇ ਗੁਰਦੁਆਰੇ ਇਸਤਰੀ satsang ਵਿੱਚ ਜਾਂਦੇ ਤੇ ਵਾਪਸ ਆ ਕੇ ਇੱਕ ਇੱਕ પ્રસੰਗ ਇੱਕ ਇੱਕ ਉਪਦੇਸ਼ ਆਪਣੇ ਪਤੀ ਨੂੰ ਦੱਸਦੇ ਤੇ ਹਰ ਰੋਜ਼ ਕਹਿੰਦੇ ਇਸ satsang ਕੀ ਹੋਇਆ ਜਿੱਥੇ ਮਰਦ ਨਾ ਜਾ ਸਕਣ ਫਿਰ ਇੱਕ ਵਾਰ 베ਜੀ ਵੱਡੇ ਬਿਮਾਰ ਪੈ ਗਏ ਪਹਿਲੇ ਕੁਝ ਚਿਰ ਤਾਂ ਅਸੀਂ ਕਿਸੇ ਨੇ ਵੀ ਕੋਈ ਖਾਸ ਖਿਆਲ ਨਾ ਕੀਤਾ ਬਸ ਜਾ ਕੇ ਉਹਨਾਂ ਨੂੰ ਤੱਕ ਸੁਣ ਆਂਦੇ ਫਿਰ ਇੱਕਦਮ ਉਹਨਾਂ ਦਾ ਬੁਖਾਰ ਵੱਧ ਗਿਆ ਤੇ ਇੱਕ ਦੁਪਹਿਰ ਮੈਨੂੰ ਸਾਡੇ ਲਾਲਾ ਜੀ ਵੱਡਿਆਂ ਨੇ ਬੁਲਾਇਆ ਮੈਂ ਉਹਨਾਂ ਵੱਲ ਜਦੋਂ ਗਿਆ ਅੱਗੇ ਕਮਰੇ ਦੇ ਬਾਹਰ ਉਹ ਮੈਨੂੰ ਉਡੀਕ ਰਹੇ ਸਨ ਬੱਚਿਆ ਰਤਨਕੌਰ ਤੇ ਹੱਥੋਂ ਗਈ ਮੈਨੂੰ ਵੇਖਦਿਆਂ ਆਸਾਰ ਉਹਨਾਂ ਨੇ ਜਿਵੇਂ ਗਿੜ-ਗਿੜਾ ਕੇ ਕਿਆ ਬੱਚਿਆ ਰਤਨਕੌਰ ਤੇ ਹੱਥੋਂ ਗਈ ਜਾ ਕੇ ਸਿਵਲ ਸਰਜਨ ਨੂੰ ਸੱਦ ਲਿਆ ਤੇ ਮੈਂ ਵੇਖਿਆ ਮੋਤੀਆਂ ਵਰਗੇ ਹੰਝੂ ਉਹਨਾਂ ਦੀਆਂ ਮੱਦਮ ਪੈਰੀਆਂ ਅੱਖੀਆਂ ਵਿੱਚੋਂ ਪੋਲੇ ਜੈ ਤਿਲੱਕੇ ਉਹਨਾਂ ਦੇ ਦੁੱਧ ਚਿੱਟੀ ਦਾੜੀ ਵਿੱਚ ਅਲੋਪ ਹੋ ਗਏ ਇੱਕ ਸਿਵਲ ਸਰਜਨ ਅਸੀਂ ਆਪਣੀ ਬੇਜੀ ਵੱਡਿਆਂ ਲਈ ਸ਼ਹਿਰ ਦੇ ਕੁੱਲ ਵੱਡੇ ਡਾਕਟਰ ਇਕੱਠੇ ਕਰ ਲਏ। ਕਈ ਦਵਾਈਆਂ ਦਿੱਤੀਆਂ ਗਈਆਂ, ਕਈ ਮੁਆਇਨੇ ਕਰਾਏ ਗਏ, ਕਈ ਮੁਲਾਜ਼ੇ ਕੀਤੇ ਗਏ, ਖੰਗਾਰਾਂ ਦੇ, ਥੁੱਕ ਦੇ, ਖੂਨ ਦੇ। ਫਿਰ ਉਹਨਾਂ ਦੇ ਫੇਫੜਿਆਂ ਦੀ ਤਸਵੀਰ ਲਈ ਗਈ। ਜਿਹੜਾ ਡਾਕਟਰ ਵੀ ਵੇਖਦਾ ਉਹਦੀ ਹੈਰਾਨੀ ਦੀ ਕੋਈ ਹੱਦ ਨਾ ਰਹਿੰਦੀ। ਬੇਜੀ ਵੱਡੇ ਤਤਪਦਿਕ ਦੇ ਮਰੀਜ਼ ਸਨ। ਤੇ ਡਾਕਟਰ ਹੈਰਾਨ ਸਨ ਕਿ ਉਹ ਅੱਜ ਤੱਕ ਜ਼ਿੰਦਾ ਕਿਵੇਂ ਸਨ ਉਹਨਾਂ ਦੇ ਫੇਫੜੇ ਬਿਲਕੁਲ ਖਾਦੇ ਜਾ ਚੁੱਕੇ ਸਨ ਜਿਹੜਾ ਡਾਕਟਰ ਵੀ ਬੋਲਦਾ ਇਹੀ ਕਹਿੰਦਾ ਉਹਨਾਂ ਨੂੰ ਅੱਜ ਤੋਂ 6 ਮਹੀਨੇ ਪਹਿਲੇ ਮਰ ਜਾਣਾ ਚਾਹੀਦਾ ਸੀ ਬੇਜੀ ਵੱਡਿਆਂ ਨੂੰ ਤੇ ਅਸੀਂ ਕੁਝ ਨਾ ਦੱਸਿਆ ਪਰ ਉਹਨਾਂ ਦੀ ਮਰਜ਼ ਦਾ ਲਾਲਾ ਜੀ ਵੱਡਿਆਂ ਤੋਂ ਲੁਕਾ ਨਾ ਹੋ ਸਕਿਆ ਜਦੋਂ ਵੀ ਕੋਈ ਡਾਕਟਰ ਆਉਂਦਾ ਲੱਖ ਲੱਖ ਸਵਾਲ ਤੇ ਉਹਨੂੰ ਆਪ ਉਹ ਕਰਨ ਲੱਗ ਪੈਂਦੇ ਤੇ ਉਹਨਾਂ ਦੇ ਹੱਥਾਂ ਵਿੱਚ ਜੰਮੇ ਪੱਲੇ ਪੜੇ ਸ਼ਹਿਰ ਦੇ ਕਿਸ ਡਾਕਟਰ ਦੀ ਮਜਾਲ ਸੀ ਕਿ ਉਹਨਾਂ ਨੂੰ ਧੋਖੇ ਵਿੱਚ ਰੱਖੇ ਟੀਕੇ ਦੇ ਦੇ ਕੇ ਦਵਾਈਆਂ ਦੇ ਦੇ ਕੇ ਡਾਕਟਰਾਂ ਨੇ ਬੀਜੀ ਵੱਡਿਆਂ ਦਾ ਬੁਖਾਰ ਹਲਕਾ ਕਰ ਲਿਆ ਇੱਕ ਵਾਰ ਬੁਖਾਰ ਹਲਕਾ ਹੋਇਆ ਤੇ ਉਹ ਪਲੰਗ ਤੋਂ ਉੱਠ ਖਲੋਤੇ ਸਾਡੀ ਨਰਾਜ਼ਗੀ ਸਾਡੀਆਂ ਅਰਜ਼ਾਂ ਸਾਡੀਆਂ ਮਿੰਤਾ ਕਿਸੇ ਗੱਲ ਨੂੰ ਨਾ ਸੁਣਦੇ ਬਸ ਇਹੀ ਕਹਿੰਦੇ ਮੈਂ ਹੁਣ ਚੰਗੀ ਭਲੀਆਂ ਆਕਰ ਕਿਤਨੇ ਦਿਨ ਹੋਰ ਮੈਂ ਜਿ ਬੈਠੀ ਰਾਂ ਲਾਲਾ ਜੀ ਵੱਡਿਆਂ ਦਾ ਹਾਲ ਕੁਝ ਨਹੀਂ ਰਿਹਾ ਵਿਚਾਰੇ ਰੋਲ ਗਏ ਨੇ ਮੇਰੀ ਬਿਮਾਰੀ ਵਿੱਚ ਤੇ ਅਸੀਂ ਹੈਰਾਨ ਸਾਂ ਡਾਕਟਰ ਹੈਰਾਨ ਸਨ ਸ਼ਰਮਿੰਦਾ ਸਨ ਬੇਜੀ ਵੱਡੇ ਦਿਨਾਂ ਵਿੱਚ ਚੰਗੇ ਭਲੇ ਹੋ ਗਏ ਤੇ ਹਮੇਸ਼ਵੰਗ ਲਾਲਾ ਜੀ ਵੱਡਿਆਂ ਦਾ ਖਿਆਲ ਰੱਖਣ ਲੱਗ ਗਏ ਹਮੇਸ਼ਵੰਗ ਸਵੇਰੇ ਉੱਠ ਕੇ ਨੌਕਰ ਤੋਂ ਪਾਣੀ ਗਰਮ ਰਖਵਾਉਂਦੇ ਹਮੇਸ਼ਵੰਗ ਆਪਣੇ ਹੱਥੀ ਉਹਨਾਂ ਨੂੰ ਇਸ਼ਨਾਨ ਕਰਵਾਉਂਦੇ ਹਮੇਸ਼ਵੰਗ ਉਹਨਾਂ ਲਈ ਬਦਾਮ ਛਿਲਦੇ ਹਮੇਸ਼ਵੰਗ ਉਹਨਾਂ ਲਈ ਮਲਾਈ ਲਿਆਉਂਦੇ ਹਮੇਸ਼ਵੰਗ ਖਾਣਾ ਪਰੋਸਦੇ ਤੇ ਆਪਣੇ ਸਾਹਮਣੇ ਉਹਨਾਂ ਨੂੰ ਖਵਾਉਂਦੇ ਕਈ ਵਾਰ ਬਾਗ ਵਿੱਚ ਕੱਲ ਮੁਕੱਲੇ ਜਦੋਂ ਉਹ ਦੋਵੇਂ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਟਹਿਲ ਰਹੇ ਹੁੰਦੇ ਦੂਰ ਆਪਣੇ ਵਰਾਂਡਿਆਂ ਵਿੱਚੋਂ ਵੇਖ ਕੇ ਅਸੀਂ ਹੈਰਾਨ ਹੁੰਦੇ ਸਾਡੇ ਘਰ ਕਿਸੇ ਹੋਰ ਕੰਮ ਆਏ ਡਾਕਟਰਾਂ ਦੀ ਅਸਚਰਜਤਾ ਦੀ ਹੱਦ ਨਾ ਰਹਿੰਦੀ ਸ਼ਹਿਰ ਦਾ ਸਭ ਤੋਂ ਵੱਡਾ ਡਾਕਟਰ ਜਦੋਂ ਵੀ ਮੈਨੂੰ ਮਿਲਦਾ ਕੰਨਾਂ ਨੂੰ ਹੱਥ ਲਾਂਦਾ ਕਹਿੰਦਾ ਇਸ ਤੋਂ ਵਧੇਰੇ ਮੌਜਜ਼ਾ ਉਸਨੇ ਆਪਣੀ ਜ਼ਿੰਦਗੀ ਵਿੱਚ ਕਦੀ ਨਹੀਂ ਸੀ ਵੇਖਿਆ ਉਹਨਾਂ ਦੇ ਫੇਫੜੇ ਛਾਨਣੀ ਵਾਂਗ ਚੀਨਾ ਚੀਨਾ ਹੋ ਚੁੱਕੇ ਸਨ ਤੇ ਫੇਰ ਵੀ ਸਾਡੇ ਬੇਜੀ ਵੱਡੇ ਜ਼ਿੰਦਾ ਸਨ ਤੇ ਬੇਜੀ ਵੱਡੇ ਚੰਗੇ ਭਲੇ ਸਨ ਨਾ ਉਹਨਾਂ ਨੂੰ ਕਦੀ ਜ਼ੁਕਾਮ ਹੁੰਦਾ ਨਾ ਉਹਨਾਂ ਨੂੰ ਕਦੀ ਖੰਘ ਆਂਦੀ ਨਾ ਉਹਨਾਂ ਦਾ ਕਦੀ ਮੱਥਾ ਤੱਤਾ ਹੋਇਆ ਨਾ ਉਹਨਾਂ ਕਦੀ ਥੱਕਣ ਦੀ ਸ਼ਿਕਾਇਤ ਕੀਤੀ ਨਿੱਤ ਦਾ ਆਪਣਾ ਨਿਯਮ ਚੰਗੀ ਤਰ੍ਹਾਂ ਉਹ ਪੂਰਾ ਕਰਦੇ ਹਰ ਵੇਲੇ ਆਪਣੇ ਪਤੀ ਦੀ ਹਰ ਨਿੱਕੀ-ਨਿੱਕੀ ਲੋੜ ਦਾ ਖਿਆਲ ਕਰਦੇ। ਬੇਜੀ ਵੱਡੇ ਤੇ ਚੰਗੇ ਭਲੇ ਸਨ ਪਰ ਲਾਲਾ ਜੀ ਵੱਡੇ ਜਦੋਂ ਦਾ ਉਹਨਾਂ ਨੇ ਆਪਣੀ ਥ੍ਰੀਮਤ ਦੀ ਇਸ ਮੌਲਕ ਬਿਮਾਰੀ ਦਾ ਨਾਂ ਸੁਣਿਆ ਹਰ ਵੇਲੇ ਫਿਕਰਾਂ ਵਿੱਚ ਗਲਤਾਨ ਰਹਿੰਦੇ। ਜਿੱਥੇ ਬੈਠਦੇ ਸੋਚਾਂ ਵਿੱਚ ਡੁੱਬੇ ਰਹਿੰਦੇ। ਜੁਪਾਤੀ ਜੇ ਬਾਹਰ ਨਿਕਲ ਜਾਂਦੇ ਤੇ ਡਾਕਟਰਾਂ ਤੋਂ ਤਾਕਤ ਦੀਆਂ ਦਵਾਈਆਂ ਲਿਆ ਲਿਆ ਕੇ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਖਵਾਉਂਦੇ ਰਹਿੰਦੇ ਡਾਕਟਰ ਹਮੇਸ਼ ਉਹਨਾਂ ਨੂੰ ਕਹਿੰਦੇ ਉਹ ਮੁਫਤ ਦੇ ਪੈਸੇ ਖਰਾਬ ਕਰਦੇ ਹਨ ਮਰੀਜ਼ ਦੇ ਫੇਫੜੇ ਜਿਵੇਂ ਹੈਸਨ ਹੀ ਨਹੀਂ ਤੇ ਫੇਫੜਿਆਂ ਤੋਂ ਬਿਨਾ ਕੋਈ ਕਿਵੇਂ ਜਿੰਦਾ ਰਹਿ ਸਕਦਾ ਹੈ ਪਰ ਉਹ ਤੇ ਜ਼ਿੰਦਾ ਸਨ ਇਨ ਬਿਨ ਉਸੇ ਤਾਕਤ ਨਾਲ ਉਹ ਲਾਲਾ ਜੀ ਵੱਡਿਆਂ ਦੇ ਕੇਸ ਮਲ-ਮਲ ਕੇ ਧੁੰਦੇ ਇਨ ਬਿਨ ਉਸੇ ਰਸ ਨਾਲ ਉਹ ਉਹਨਾਂ ਨੂੰ ਪਾਠ ਕਰਕੇ ਸੁਣਾਉਂਦੇ ਇਨ ਬਿਨ ਉਸੇ ਸੁਗੜਤਾ ਨਾਲ ਉਹ ਉਹਨਾਂ ਦੀ ਦਸਤਾਰ ਨੂੰ ਚੁੰਨਦੇ ਉਹਨਾਂ ਦੀ ਗੁਰਗਾਬੀ ਨੂੰ ਝਾੜਦੇ ਪਾਲਿਸ਼ ਕਰਦੇ ਲਿਸ਼ਕਾਂਦੇ ਇੱਕ ਰੋਜ਼ ਮੈਂ ਤੇ ਮੇਰੀ ਮਾਂ ਉਹਨਾਂ ਕੋਲ ਬੈਠੇ ਸਾਂ ਸ਼ਹਿਰ ਦੀ ਸਾਡੀ ਜਾਣ ਪਛਾਣ ਇੱਕ ਬੁੱਢੀ ਔਰਤ ਦੇ ਮਰਨ ਦਾ ਜ਼ਿਕਰ ਛੜਿਆ ਤਾਂ ਮੇਰੀ ਮਾਂ ਨੇ ਕਿਹਾ ਚੰਗਾ ਹੈ ਆਪਣੇ ਪਤੀ ਦੇ ਹੱਥਾਂ ਵਿੱਚ ਤੁਰ ਗਈ ਏ ਇਸ ਗੱਲ ਨਾਲ ਬੇਜੀ ਵੱਡੇ ਸਹਿਮਤ ਨਹੀਂ ਸਨ ਨਾ ਬੱਚੀ ਉਹ ਸਮਝਾਣ ਲੱਗ ਪਏ ਨਾ ਬੱਚੀ ਮਰਦ ਨੂੰ ਇਸ ਉਮਰ ਵਿੱਚ ਆ ਕੇ ਤ੍ਰਿਮਤ ਦੀ ਸਭ ਤੋਂ ਵਧੇਕ ਲੋਡ ਹੁੰਦੀ ਏ ਆਪਣੇ ਉਮਰ ਪਰ ਦੇ ਸਾਥੀ ਦੀ ਸੇਵਾ ਕਰਨਾ ਇਸ ਵਰਗੀ ਖੁਸ਼ੀ ਦੁਨੀਆਂ ਵਿੱਚ ਹੋਰ ਕੋਈ ਨਹੀਂ ਮੈਂ ਤੇ ਹੱਥ ਜੋੜਦੀ ਆ ਰੱਬ ਕਿਸੇ ਦੀ ਵੀ ਤ੍ਰੀਮਤ ਨਾ ਖੋਏ ਪਤਨੀ ਉਹ ਜਿਹੜੀ ਪਤੀ ਦੇ ਆਖਰੀ ਦਮਾਂ ਤੱਕ ਉਹਦਾ ਸਾਥ ਦੇਵੇ ਤੇ ਅਸੀਂ ਵੇਖਿਆ ਗੱਲਾਂ ਕਰਦੇ ਕਰਦੇ ਇੱਕ ਨੂਰ ਜਿਹਾ ਇੱਕ ਰੌਣਕ ਜਿਹੀ ਉਹਨਾਂ ਦੇ ਚਿਹਰੇ ਤੇ ਆ ਗਈ ਉਹਨਾਂ ਦੀਆਂ ਅੱਖਾਂ ਇੱਕ ਨਸ਼ੇ ਇੱਕ ਸਰੂਰ ਜਿਹੇ ਵਿੱਚ ਜਿਵੇਂ ਮਖਮੂਰ ਹੋ ਗਈਆਂ ਤੇ ਫਿਰ ਕਿਤਨਾ ਚਿਰ ਸਿਰ ਨੂੰ ਹਿਲਾਉਂਦੇ ਰਹੇ ਹਿਲਾਉਂਦੇ ਰਹੇ ਜਿਵੇਂ ਜੀਵਨ ਦਾ ਤਤ ਉਹਨਾਂ ਨੇ ਛੰਡ ਕੇ ਬਾਹਰ ਕੱਢ ਛੱਡਿਆ ਹੋਵੇ ਬੇਜੀ ਵੱਡਿਆਂ ਦੇ ਸੱਤ ਤੇ ਵੀ ਖੈਰੀ ਸਨ ਪਰ ਲਾਲਾ ਜੀ ਵੱਡੇ ਜਦੋਂ ਕਦੀ ਵੀ ਇਕੱਲੇ ਹੁੰਦੇ ਜਿੱਥੇ ਕਿਤੇ ਵੀ ਬੈਠਦੇ ਝੂੜਦੇ ਰਹਿੰਦੇ ਉਹਨਾਂ ਦੀ ਕਈ ਕਈ ਵਾਰ ਰਾਤ ਨੂੰ ਨੀਂਦਰ ਖੁੱਲ ਜਾਂਦੀ ਤੇ ਉਹ ਉੱਠ ਉੱਠ ਕੇ ਵੇਖਦੇ ਉਹਨਾਂ ਦੀ ਸਾਥਣ ਦੇ ਸਵਾਸ ਤੇ ਚੱਲ ਰਹੇ ਸਨ ਹਰ ਰੋਜ਼ ਪੜੇ ਪੜੇ ਉਹਨਾਂ ਨੂੰ ਸੁਪਨੇ ਆਉਂਦੇ ਤੇ ਰਾਤ ਦੀ ਇਕੱਲ ਵਿੱਚ ਬੇਸੁੱਧ ਸੁੱਤੀ ਆਪਣੇ ਜੀਵਨ ਭਰ ਦੀ ਹਮਰਾਜ਼ ਨੂੰ ਉਹ ਇੱਕ ਟੱਕ ਵੇਖਦੇ ਰਹਿੰਦੇ ਵੇਖਦੇ ਰਹਿੰਦੇ ਬਸ ਲੱਗਦੇ ਪਤਨੀ ਤੋਂ ਪਹਿਲੇ ਅੱਜਕੱਲ ਉਹ ਉੱਠ ਜਾਂਦੇ ਤੇ ਮੋਤੀਏ ਦੀਆਂ ਸੱਜਰੀਆਂ ਖਿੜੀਆਂ ਕਿਲੀਆਂ ਨੂੰ ਚੁਣ-ਚੁਣ ਕੇ ਉਹਨਾਂ ਦੇ ਸਹਰਾਣੇ ਕੋਲ ਲਿਆ ਰਖਦੇ। 베ਜੀ ਵੱਡੇ ਸੁਗੰਧਾਂ ਵਿੱਚ ਮੱਤੇ ਜਦੋਂ ਉੱਠਦੇ ਉਹਨਾਂ ਦੀਆਂ ਅੱਖਾਂ ਸਾਹਮਣੇ ਆਪਣੀ ਅੱਲੜ ਜਵਾਨੀ ਦੀਆਂ ਕਈ ਹਸੀਨ ਯਾਦਾਂ ਘੁੰਮਣ ਲੱਗ ਪੈਂਦੀਆਂ। ਲਾਲਾ ਜੀ ਵੱਡਿਆਂ ਨੇ ਇਸ ਗੱਲ ਨੂੰ ਅਜੀਹਾ ਦਿਲ ਨਾਲ ਲਾਇਆ ਕਿ ਉਹਨਾਂ ਦੀ ਨੀਂਦਰ ਜਾਂਦੀ ਰਹੀ, ਭੁੱਖ ਜਾਂਦੀ ਰਹੀ, ਉਹਨਾਂ ਦੇ ਹੰਗਾ ਸਿੱਥਲ ਪੈ ਗਏ ਤੇ ਫੇਰ ਉਹ ਬਿਮਾਰ ਹੋ ਮੰਜੀ ਤੇ ਟੈਪੇ ਬੇਜੀ ਵੱਡੇ ਰਾਤ ਰਾਤ ਪਰ ਜਾਗਦੇ ਜਿਤਨਾ ਚਿਰ ਲਾਲਾ ਜੀ ਵੱਡੇ ਬਿਮਾਰ ਰਹੇ ਉਹਨਾਂ ਦੇ ਪਲੰਗ ਕੋਲੋਂ ਨਾ ਹਿਲੇ ਉਹਨਾਂ ਦੀਆਂ ਗੰਦੀਆਂ ਚਾਦਰਾਂ ਬਦਲਦੇ ਉਹਨਾਂ ਦੀਆਂ ਛਿੰਛਿੰਗਲੀਆਂ ਹੁੰਦੀਆਂ ਅੱਖੀਆਂ ਨੂੰ ਪੂੰਝਦੇ ਆਪਣੇ ਹੱਥੀ ਉਹਨਾਂ ਨੂੰ ਦਵਾਈਆਂ ਪਲਾਂਦੇ ਆਪਣੇ ਹੱਥੀ ਉਹਨਾਂ ਨੂੰ ਰਸ ਕੱਢ ਕੱਢ ਕੇ ਦਿੰਦੇ ਉਹਨਾਂ ਦੇ ਸਿਰ ਵਿੱਚ ਮੱਖਣ ਚਸਦੇ ਉਹਨਾਂ ਦੀਆਂ ਲੱਤਾਂ ਨੂੰ ਦਬਾਉਂਦੇ ਉਹਨਾਂ ਦੀ ਛਾਤੀ ਦੀ ਮਾਲਿਸ਼ ਕਰਦੇ ਤੇ ਫਿਰ ਜਦੋਂ ਲਾਲਾ ਜੀ ਵੱਡੇ ਪੂਰੇ ਹੋਏ ਤੇਰਾ ਪਾਣਾ ਮੀਠਾ ਲਾਗੇ ਮੁੜ ਮੁੜ ਇਹ ਤੁਖ ਪੜਦੇ ਬੇਜੀ ਵੱਡੇ ਸਾਰਾ ਵਕਤ ਸ਼ਾਂਤ ਅਡੋਲ ਉਹਨਾਂ ਦੀ ਦੇਹ ਕੋਲ ਬੈਠੇ ਰਹੇ ਸ਼ਾਮੀ ਸੰਸਕਾਰ ਲਈ ਨਾਲ ਗਏ ਸਾਰਾ ਕੰਮ ਪੂਰੀ ਮਰਿਆਦਾ ਨਾਲ ਉਹਨਾਂ ਕਰਵਾਇਆ ਆਪਣੇ ਸਾਹਮਣੇ ਘੇਉਪਵਾਇਆ ਆਪਣੇ ਸਾਹਮਣੇ ਲੰਬੂ ਲਵਾਇਆ ਤੇ ਜਿਤਨਾ ਚਿਰ ਅਰਥੀ ਸਰਦੀ ਰਹੀ ਸ਼ਹਿਰ ਦੇ ਸਭ ਤੋਂ ਚੰਗੇ ਰਾਗੀ ਜਥੇ ਕੋਲੋਂ ਸਾਹਮਣੇ ਬੈਠ ਕੇ ਕੀਰਤਨ ਸੁਣਦੇ ਰਹੇ ਕਰ ਆਕੇ ਉਹਨਾਂ ਨੇ ਗਰੀਬ ਗੁਰਬੇ ਨੂੰ ਪਕਸ਼ਸ਼ਾਂ ਕੀਤੀਆਂ ਅਖੰਡ ਪਾਠ ਰਖਵਾਇਆ ਫਿਰ ਚੌਥੇ ਦੀ ਰਸਮ ਹੋਈ ਫਿਰ ਉਹਨਾਂ ਦੇ ਫੁੱਲ ਹਰਦੁਆਰ ਪਿਜਵਾਏ ਗਏ ਜਿਸ ਰੋਜ 13ਵਾਂ ਖਤਮ ਹੋਇਆ ਲੋਕੀ ਜਦੋਂ ਉੱਠ ਕੇ ਸਾਰੇ ਜਾ ਚੁੱਕੇ ਅਸੀਂ ਬੇਜੀ ਵੱਡਿਆਂ ਨੂੰ ਆਪਣੇ ਆਪ ਨਾਲ ਕਹਿੰਦੇ ਸੁਣਿਆ ਹੁਣ ਮੈਂ ਸੁਰਖਰੂ ਹੋਈ ਆ ਤੇ ਉਹ ਛੋਟੀ ਫੜੀ ਆਹਿਸਤਾ ਆਹਿਸਤਾ ਆਪਣੇ ਕਮਰੇ ਵਿੱਚ ਚਲੇ ਗਏ ਹੱਥ ਮੂੰਹ ਧੋ ਕੇ ਉਹ ਪਲੰਘ ਤੇ ਜਾ ਲੇਟੇ ਉੱਤੇ ਉਹਨਾਂ ਨੇ ਚਾਦਰ ਲੈ ਲਈ ਜਦੋਂ ਅਸੀਂ ਚਾਦਰ ਚੁੱਕੀ ਬੇਜੀ ਵੱਡੇ ਸਾਡੇ ਹੇਠ ਕੋਈ ਨਹੀਂ ਸਨ ਕੇਵਲ ਇੱਕ ਸਰੀਰ ਸੀ ਜਿਸਦੇ ਫੇਫੜੇ ਡਾਕਟਰ ਕਹਿੰਦੇ ਕਿਤਨੇ ਮਹੀਨਿਆਂ ਤੋਂ ਹਸਨ ਹੀ ਜਿਵੇਂ ਨਹੀਂ